ਮੁੰਬਈ ਦੇ ਤਾਜ ਕਲਾਬ ਹੋਟਲ ਵਿਚ ਸ਼ਾਹਰੁਖ ਖਾਨ ਮੌਜੂਦ ਸਨ ਮਹਾਰਾਸ਼ਟਰ ਦੇ ਸੀਐਮ ਦੇਵਿੰਦਰ ਫੜਨਵੀਸ ਦੇ ਨਾਲ ਇਸ ਮੌਕੇ ਤੇ ਫੜਨਵੀਸ ਨੇ ਸਟੇਟ ਗਵਰਨਮੈਂਟ ਅਤੇ ਸੈਂਟਰਲ ਗਵਰਨਮੈਂਟ ਦੀਆਂ ਪਾਲਿਸੀਜ਼ ਦੇ ਬਾਰੇ ਵਿਚ ਗੱਲਾਂ ਕੀਤੀਆਂ ਅਤੇ ਇਸ ਡਿਸਕਸ਼ਨ ਦਾ ਹਿੱਸਾ ਸ਼ਾਹਰੁਖ ਖਾਨ ਵੀ ਬਣੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਡਾਪਸ਼ਨ ਵਨ ਸਟਾਪ ਅਡਾਪਟ ਈਵੈਂਟ ਰੱਖਿਆ ਗਿਆ ਜਿੱਥੇ ਅਲੱਗ ਅਲੱਗ ਪੈਟਸ ਨੂੰ ਅਡਾਪਟ ਕਰਨ ਪਹੁੰਚੇ ਕਈ ਲੋਕ ਇੰਨਾ ਹੀ ਨਹੀਂ ਬਾਲੀਵੁੱਡ ਦੇ ਕਈ ਸਿਤਾਰੇ ਜਿਵੇਂ ਕਿ ਸੋਇਆ ਅਲੀ ਖਾਨ ਕੁਨਾਲ ਖੇਮੂ ਸੋਫੀ ਚੌਧਰੀ ਵਰਗੇ ਸਿਤਾਰੇ ਵੀ ਇਸ ਕੌਜ਼ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆਏ